पाकिस्तान जद बने है हाँ जी थोनू इंज लगा कि थोनू सरदार वीर धक्का दे के कढ़िया लुधियाने जा अपनी मर्जी ना हो कि लगता नहीं नहीं जेडे सिख ना सिख मुसलमाना बड़े ठीक से अच्छा वो नहीं सी अड्डे मुसलमाना ना गलत उन्हों का भाईचारा बहुत चंगा सी ना इधर भी उधर भी ਸਰਦਾਰਾਂ ਨਾਲ ਥੋੜੀ ਸੂਤ ਸੀ ਹਾਂ ਜੀ ਬੜੀ ਸੂਤ ਹੁੰਦੀ ਸੀ ਆ ਘੁੱਟ ਲਾਉਣੀ ਖੁੱਲੀ ਲਾਉਣੀ ਕਿਸੇ ਨੇ ਪੁੱਛਣਾ ਨਾ ਦੱਸਣਾ ਉਹਨਾਂ ਨੇ ਕਹਿਣਾ ਪੀ ਲਓ ਤੁਸੀਂ ਤਾਂ ਬਾਈ ਹੁਣ ਇੱਧਰ ਪਾਕਿਸਤਾਨ 'ਚ ਪੀ ਲੈਂਦੇ ਹੁਣ ਹੁਣ ਇੱਥੇ ਤਾਂ ਆਪਣੇ ਫੜਦੇ ਆ ਪੁਲਿਸ ਵਾਲੇ ਛਾਪੇ ਲਾ ਲੈਂਦੇ ਆ ਫੜ ਲੈਂਦੇ ਆ ਉਹ ਅਗਲੀ ਵੀ ਲੈ ਜਾਂਦੀ ਆ ਜਿਹੜੀ ਪੀਤੀ ਹੁੰਦੀ ਆ ਉਹ ਵੀ ਲੈ ਜਾਂਦੀ ਵਧੀਆ ਵਧੀਆ ਹਾਂ ਜੀ हाँ जी वह देश दुड़े कहते चीज़ा ही बदी वधिया सी उन्हों का स्वाद ही को वक्रा सीगा हूँ वह चीज़ थोनू की महसूस होंगे वो चीज़ ना लजदी है तो ना लजनी है मुड़ के जड़ी चीज़ अगे सी ना वो चीज़ जी गांव नहीं मिलू हूँ भी नहीं मिलू हर चीज़ चंगी सी भैन भाइयों का तेज सी माल पशु सुथरा होना एक दूए को जो सवेर न चला गया तो सवेर नो मुड़ के आना इन्ना तेज सी खाई पी उठ ही जाना अगले दिन तो वो जमाना नहीं आना हूँ दो शौक मित्रां दे पौना भंगड़ा तां खेडणी कबड्डी कबड्डी भी खेडदे सी के अल्लाह चाहे आपां ठीक ठाक प्लेयर सी बिलकुल कई दफा तो पहले नंबरां च भी आए आ इन्ने मुंडे खड़े आ अपनी कोई तक नहीं पैंदी किसी ते जे मैं मैनू फड़ ला ना तो गिठ जमीन दे विच कुछ हो के पिछे हटूंगा जिहदा दिल करे मेरी बांह फड़ लवे माल तो चंगी मझ खोल लवे जे मेरी गोडी लवा जावे ਤੁਹਾਨੂੰ ਲਾ ਉਹ ਵਡਾਂਗੇ ਦੀਆਂ ਕੋਈ ਗੱਲਾਂ ਯਾਦ ਆਉਂਦੀਆਂ ਚੇਤੇ ਆਉਂਦੀਆਂ ਹਾਂ ਜੀ ਬੜੀਆਂ ਯਾਦ ਆ ਇਹ ਤੁਹਾਨੂੰ ਕਿੰਨਾ ਇਹ ਅੱਜ ਵੀ ਯਾਦ ਆਉਂਦਾ ਤਾਂ ਕਿੰਨਾ ਕੁ ਦਿਲ ਰੋਂਦਾ ਜਾਂ ਕੀ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਪਹਿਲੇ ਲੋਕ ਠੀਕ ਸੀ ਤੇ ਬਾਅਦ ਦੇ ਵਿੱਚ ਫਿਰ ਜਦ ਪਹਿਲਾਂ ਜਦ ਵੱਡਾ ਗਾਫਲੇ ਆਇਆ ਨਾ ਉਦੋਂ ਤੁਰੇ ਗਏ ਉਧਰੋਂ ਉਧਰ ਜਦ ਥੋੜ੍ਹੇ ਥੋੜ੍ਹੇ ਰਹਿ ਗਏ ਫਿਰ ਇੱਕ ਦੂਜੇ ਦੇ ਵੱਢ ਵੜਾਂਗੇ ਬਹੁਤ ਹੋਏ ਆ ਉਹ ਜੀ ਮੌਕਾ ਦੇਖ ਕੇ ਤਾਂ ਬੰਦਾ ਰੋਣ ਲੱਗ ਪੈਂਦਾ ਜਿਹੜਾ ਉਹ ਮੌਕਾ ਸੀ ਹਾਂ ਜੀ ਬਹੁਤ ਲਾਸ਼ਾਂ ਐ ਪਈਆਂ ਸੀ ਬਸ ਵਿਛੀਆਂ ਪਈਆਂ ਸੀ ਕੋਈ ਪੁੱਛਦਾ ਸੀ ਨਹੀਂ ਸੀ ਹਾਂਜੀ ਇੱਧਰ ਆਏ ਤੁਸੀਂ ਸਰਦਾਰਾਂ ਦੀਆਂ ਵੀ ਇੰਝ ਲਾਸ਼ਾਂ ਦੇਖੀਆਂ ਪਈਆਂ ਹਾਂਜੀ ਇਹਨਾਂ ਦੀਆਂ ਵੀ ਸੀਗੀਆਂ ਇਹਨਾਂ ਦੀਆਂ ਘੱਟ ਸੀ ਤਾਂ ਤੁਹਾਡੇ ਨੇੜੇ ਕੋਈ ਦਰਗਾਹ ਕੋਈ ਯਾਦ ਹੋਵੇ ਕੋਈ ਮੇਲਾ ਲੱਗਦਾ ਹੁੰਦਾ ਸੀ ਕੋਈ ਵੱਡਾ ਮੇਲਾ ਜੀ ਇਹ ਲੱਗਦਾ ਹੁੰਦਾ ਸੀ ਆਪਣੇ ਇੱਥੇ ਉਰੇ ਔਰ ਹੁਣ ਮੇਰੇ ਮੂੰਹ 'ਚ ਫਿਰਦਾ ਬੇਗੋਵਾਲ ਬਹੁਤ ਵੱਡਾ ਮੇਲਾ ਸੀ ਅੱਛਾ ਹਾਂਜੀ ਉੱਥੇ ਜਿੰਨ ਵੀ ਆਉਂਦੇ ਹੁੰਦੇ ਸੀ ਜਿੰਨ ਆਉਂਦੇ ਸੀ ਹਾਂਜੀ ਜਦ ਉਹਨਾਂ ਨੇ ਆਉਣਾ ਤੇ ਕਾਲੀ ਹਨੇਰੀ ਬਣ ਕੇ ਆਉਣਾ ਜਾਂ ਉਹ ਉਹਨਾਂ ਦੇ ਮਰੀਜ਼ ਸੀ ਬਾਬੇ ਵਾਲੇ ਜਦ ਉਹਨਾਂ ਨੇ ਜਾਣਾ ਤੇ ਫਿਰ ਉਹਨਾਂ ਨੇ ਕਿਹਾ ਸੀ ਬਾਬੇ ਨੇ ਵੀ ਮੈਨੂੰ ਨਿਸ਼ਾਨੀ ਦੇ ਕੇ ਜਾਣਾ ਵੰਡ ਦੀ ਗੱਲ ਤੁਸੀਂ ਕਰਨੇ ਹੋ ਵੰਡ ਹੋਈ ਤਾਂ ਬਸ ਪੰਜਾਬ ਦੀ ਹੈ ਰਾਵੀ ਸਤਲੁਜ ਜੇਹਲਮ ਬਿਆਸ ਵੰਡੇ ਵੰਡ ਹੋਈ ਫਿਰ ਚੰਦਰੇ ਚਨਾਬ ਦੀ ਹੈ ਜਿਹੜਾ ਕਾਲਜੇ ਉੱਪਰ ਲੱਗਾ ਹੈ ਉਸ ਜ਼ਖਮ ਬਾਰੇ ਤੁਹਾਨੂੰ ਕੀ ਦੱਸੀਏ ਆਓ ਜੱਫੀਆਂ ਪਾ ਕੇ ਰੋ ਲਈਏ ਆਓ ਇਕੱਠਿਆਂ ਬਹਿ ਕੇ ਅੱਜ ਹੱਸੀਏ ਪੰਜਾਬੀ ਲਹਿਰ ਦੇ ਸਾਰੇ ਦੇਖਣ ਵਾਲੇ ਵੀਰਿਆਂ ਨੂੰ ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸੇ ਵੰਡ ਦੀ ਇੱਕ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਸੋ ਆਪਾਂ ਬੇੜਾ ਨਾਸ ਕੀਤਿਓਂ ਬਗੈਰ ਜੁੜਦੇ ਹਾਂ ਅੱਜ ਸਾਡੇ ਨਾਲ ਜਿਹੜੇ ਬੈਠੇ ਹੋਏ ਸਾਡੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਅਸਲਾਮ ਅਲੈਕਮ ਬਾਈ ਜੀ ਵਾਲੇਕੁਮ ਸਲਾਮ ਬਾਈ ਜੀ ਕੀ ਨਾਮ ਤੁਹਾਡਾ ਬਲੀ ਮੁਹੰਮਦ ਬਲੀ ਮੁਹੰਮਦ ਹਾਂਜੀ
ਕਿਹੜੀ ਬਰਾਦਰੀ ਨਾਲ ਆ ਤੁਸੀਂ? ਗੁੱਜਰ ਜੀ। ਗੁੱਜਰ ਚੜ੍ਹਦੇ ਪੰਜਾਬ 'ਚ ਤੁਹਾਡਾ ਕਿਹੜਾ ਸ਼ਹਿਰ ਸੀ? ਲੁਧਿਆਣਾ। ਔਰ ਪਿੰਡ? ਫਾਂਬੜੇ। ਫਾਂਬੜੇ, ਫਾਂਬੜੇ ਲੁਧਿਆਣਾ ਦੇ ਵਿੱਚ। ਹਾਂਜੀ। ਤਾਂ ਜਦ ਪਾਕਿਸਤਾਨ ਬਣਿਆ 47 ਦੇ ਵਿੱਚ ਵੰਡ ਹੋਈ ਹੈ, ਕਿੰਨੀ ਉਮਰ ਸੀ ਤੁਹਾਡੀ? 15 ਸਾਲ। 15 ਸਾਲ, ਇਹਦਾ ਮਤਲਬ ਤੁਸੀਂ ਹੋਸ਼ ਵਿੱਚ ਸੀ ਪੂਰੇ। ਹਾਂ ਜੀ। ਸਾਨੂੰ ਬਹੁਤਾ ਦੱਸੋਗੇ ਤੁਸੀਂ? ਕਬੱਡੀ ਕਬੱਡੀ ਖੇਡਦੇ ਸੀ। ਅੱਛਾ ਜੀ, ਕਬੱਡੀ ਖੇਡਦੇ ਸੀ? ਹਾਂ ਜੀ, ਕਬੱਡੀ ਖੇਡਦਾ ਮੈਂ 12 ਸਾਲਾਂ ਤੋਂ ਖੇਡਣ ਲੱਗ ਪਿਆ ਸੀ ਕਬੱਡੀ ਖੇਡ। ਤਾਂ ਬਾਈ ਫੇ ਉੱਤੇ ਤਾਂ ਪੂਰਾ ਠੱਠ ਲੈਂਦੇ ਹੁਣ, ਸਰਦਾਰਾਂ ਨਾਲ ਵੀ ਖੇਡਦੇ ਰਹੇ? ਹਾਂ, ਉਹਨਾਂ ਨਾਲ ਵੀ ਖੇਡਦੇ ਰਹੇ ਹਾਂ। ਅੱਛਾ ਅੱਛਾ। ਕੋਈ ਯਾਦ ਆ ਤੁਹਾਨੂੰ ਕਿਸੇ ਸਰਦਾਰ ਬਾਈ ਜਿਹਦਾ ਨਾਮ ਯਾਦ ਹੋਵੇ ਜਿਹਨਾਂ ਕਬੱਡੀ ਖੇਡਦੇ ਰਹੇ ਹੋ? ਉਹਨੂੰ ਭੁੱਲੇ ਆ, ਵਿੱਚ ਵਿੱਚ ਯਾਦ ਆ। ਹਾਂਜੀ। ਇੱਕ ਨਾਂ ਹੁੰਦਾ ਸੀ ਬਾਬਰ। ਹਾਂ। ਇੱਕ ਨੂੰ ਹੋਰ ਕੁਛ ਹੁੰਦਾ ਸੀ, ਹੁਣ ਭੁੱਲਿਆ ਮੈਨੂੰ ਉਹਦਾ ਨਾਂ। ਬਾਈ ਜੀ, ਕਬੱਡੀ ਖੇਡਦਾ ਕੋਈ ਸੱਟ ਪੇਟ ਲੱਗੀ ਤੁਹਾਨੂੰ? ਹਾਂਜੀ, ਪੱਟ ਟੁੱਟਿਆ ਸੀ। ਪੱਟ ਟੁੱਟ ਗਿਆ? ਹਾਂਜੀ। ਅੱਛਾ ਅੱਛਾ, ਕਬੱਡੀ ਖੇਡਦੇ ਸੀ? ਹਾਂਜੀ, ਕਬੱਡੀ ਖੇਡਦੇ ਸੀ। ਠੀਕ ਹੈ। ਤਾਂ ਬਾਕੀ ਕਬੱਡੀ ਉੱਥੇ ਖੇਡਦੇ, ਹੁਣ ਮਿੱਤਰਾਂ ਨਾਲ ਕੋਈ ਹੋਰ ਵੀ ਸ਼ੁਗਲ ਮੇਲੇ ਵੀ ਕਰਦੇ ਹੁੰਦੇ ਸੀ? ਹਾਂਜੀ, ਬੜੇ ਕੀਤੇ ਆ ਉਹਨਾਂ ਨਾਲ। ਕਿਵੇਂ? ਆ ਸ਼ਰਾਬ ਸ਼ਰੂਬ ਪੀਣੀ। ਅੱਛਾ ਅੱਛਾ, ਦਾਰੂ ਦੂਰੂ ਪੀ, ਮਹਿਫਲ ਪੂਰੀ ਕਰਨੀ। ਹਾਂਜੀ, ਦਾਰੂ ਪੀਣਾ। ਅੱਛਾ ਅੱਛਾ ਅੱਛਾ, ਇੱਦਾਂ ਦੀਆਂ ਕਰ ਲੈਂਦੇ ਸੀ। ਤਾਂ ਬਾਈ ਘੁਲਦੇ ਘੁਲਦੇ ਵੀ ਹੁੰਦੇ ਸੀ? ਹਾਂਜੀ, ਕੁਸ਼ਤੀ ਵੀ ਕਰਦੇ ਸੀ। ਤੁਹਾਨੂੰ ਆਪਣਾ ਪਿੰਡ ਫਾਂਬੜਾ ਕਿੰਨਾ ਕੁ ਯਾਦ ਆ ਬਾਈ? 15 ਸਾਲ 'ਚ ਤਾਂ ਪੂਰਾ ਯਾਦ? ਹਾਂ, ਉਹ ਸਾਰਾ ਹੀ ਯਾਦ ਆ। ਹਾਂਜੀ। ਕਿਵੇਂ ਹੁੰਦਾ ਸੀ ਨਕਸ਼ਾ, ਦੱਸੋ ਤਾਂ ਥੋੜ੍ਹਾ ਜਿਹਾ। ਉਹ ਚੱਕ ਬਹੁਤ ਵੱਡਾ ਸੀ ਜੀ, ਫਾਂਬੜਾ। ਹਾਂਜੀ। ਹਾਂ, ਉਹਦਾ ਕੋਈ 4-5 ਹਜ਼ਾਰ ਘਰ ਸੀ। ਚਾਰ, ਐਡਾ ਵੱਡਾ? ਹਾਂਜੀ, ਐਡਾ ਵੱਡਾ ਚੱਕ। ਬਹੁਤ ਵੱਡਾ ਪਿੰਡ ਸੀ? ਹਾਂ, ਬਹੁਤ ਵੱਡਾ ਸੀ। ਸਾਡੇ ਇਲਾਕੇ 'ਚ ਇੱਕ ਇਹ ਵੱਡਾ ਸੀ, ਇੱਕ ਇੱਧਰ ਆ ਜਾਂਦਾ ਸੀ ਸਦੋਵਾਲ। ਸਦੋਵਾਲ, ਸਦੋਵਾਲ ਬਹੁਤ ਵੱਡਾ ਚੱਕ ਸੀ। ਤੁਹਾਡੇ ਆਪਣੇ ਚੱਕ ਦੇ ਵਿੱਚ ਸਰਦਾਰਾਂ ਦੇ ਘਰ ਕਿੰਨੇ ਕੁ ਸੀਗੇ? ਉਹਦੇ 'ਚ ਹੈ ਨਹੀਂ ਸੀ ਜੀ। ਸਰਦਾਰਾਂ ਦੇ ਘਰ ਨਹੀਂ ਸੀ? ਨਹੀਂ ਜੀ। ਅੱਛਾ। ਹਾਂਜੀ, ਸੱਚ ਫੈਸਲੇ ਨਾਲ। ਅੱਛਾ ਅੱਛਾ ਅੱਛਾ। ਹਾਂਜੀ, ਸਹੀ ਆਖਿਆ। ਤਾਂ ਬਾਈ ਜੀ, ਤੁਹਾਨੂੰ ਆਪਣੇ ਪਿੰਡ ਦਾ ਆਪਾਂ ਲੈ ਜਾਈਏ, ਉਹ ਬੁੜੇ ਮਾਈਆਂ ਦੱਸਦੇ ਹੁੰਦੇ ਆ ਕਿ ਹੁਣ ਵੀ ਜਾ ਕੇ ਅੱਖਾਂ ਬੰਨ ਕੇ ਛੱਡ ਦਿਓ ਤਾਂ ਪਹੁੰਚ ਜਾਵਾਂਗੇ ਘਰੇ, ਇੰਜ ਦਾ ਹੈ ਚੱਕਰ? ਪਹੁੰਚ ਜਾਓਗੇ ਘਰ? ਹਾਂ ਜੀ, ਜਾ ਕੇ ਦੇਖ ਲਾਂਗੇ, ਪਿਆ ਸਾਡਾ ਚੱਕ ਸੀ ਆ ਸਾਡੇ ਹੱਥੇ ਆ। ਅੱਛਾ, ਤੇ ਪਛਾਣ ਸਕਦੇ ਆ ਜੀ? 15 ਸਾਲ ਦੇ ਸੀ। 15 ਸਾਲ ਦੇ ਸੀ? ਹਾਂ ਜੀ। ਠੀਕ ਹੈ। ਤਾਂ ਬਾਈ, ਪਾਕਿਸਤਾਨ ਜਦ ਬਣਿਆ, ਹਾਂ ਜੀ, ਤੁਹਾਨੂੰ ਇੰਜ ਲੱਗਾ ਕਿ ਤੁਹਾਨੂੰ ਸਰਦਾਰ ਵੀਰਾਂ ਧੱਕਾ ਦੇ ਕੇ ਕੱਢਿਆ ਲੁਧਿਆਣੇ ਹੋ ਜਾਂ ਆਪਣੀ ਮਰਜ਼ੀ ਨਾਲ ਆਏ ਹੋ, ਕੀ ਲੱਗਦਾ ਤੁਹਾਨੂੰ? ਨਹੀਂ ਨਹੀਂ, ਜਿਹੜੇ ਸਿੱਖ ਨਾ, ਸਿੱਖ ਉਹ ਮੁਸਲਮਾਨਾਂ ਨਾਲ ਬੜੇ ਠੀਕ ਸੀ। ਅੱਛਾ, ਉਹ ਨਹੀਂ ਸੀ ਸਾਡੇ ਮੁਸਲਮਾਨਾਂ ਨਾਲ ਗਲਤ। ਉਹਨਾਂ ਦਾ ਭਾਈਚਾਰਾ ਬਹੁਤ ਚੰਗਾ ਸੀ ਇਹਨਾਂ ਨਾਲ, ਇੱਧਰ ਵੀ ਉੱਧਰ ਵੀ। ਅਤੇ ਦੋਹਾਂ ਦਾ ਸੀਗਾ, ਹਿੰਦੂਆਂ ਦਾ, ਹਿੰਦੂਆਂ ਨਾਲ ਖੈਬ, ਹਿੰਦੂਆਂ ਦੀ ਖੈਮ ਖਾਈ ਸੀ। ਸਿੱਖਾਂ ਨਾਲ ਤਾਂ ਹੁਣ ਵੀ ਸੂਤ ਆ ਲੋਕਾਂ ਦਾ, ਅੱਗੇ ਵੀ ਭਾਈਆਂ ਵਾਲਾ ਖਿਆਲ ਸੀ। ਅਤੇ ਉਦੋਂ ਠੀਕ ਸੀ, ਉਦੋਂ ਇਹ ਜਿਹੜਾ ਹੁਣ ਉਦੋਂ ਬਹੁਤ ਅੱਛੇ ਸੀ, ਮਾਹੌਲ ਵੀ ਠੀਕ ਸੀ, ਹਰ ਚੀਜ਼ ਚੰਗੀ ਸੀ ਹੁਣ ਨਾਲੋਂ। ਭੈਣਾਂ ਭਾਈਆਂ ਦਾ ਵੀ ਤੇ ਹੁੰਦਾ ਸੀ, ਦੂਸਰਾ ਆਦਮੀ ਹੋਵੇ ਉਹਦੇ ਨਾਲ ਬਹੁਤ ਹੋਣਾ, ਹੁਣ ਤਾਂ ਭਾਈ ਦਾ ਭਾਈ ਨੀ। ਸਰਦਾਰਾਂ ਨਾਲ ਥੋੜੀ ਸੂਤ ਸੀ? ਹਾਂ ਜੀ, ਬੜੀ ਸੂਤ ਹੁੰਦੀ ਸੀ। ਆ ਘੁੱਟ ਲਾਉਣੀ, ਖੁੱਲੀ ਲਾਉਣੀ, ਕਿਸੇ ਨੇ ਪੁੱਛਣਾ ਨਾ ਦੱਸਣਾ, ਉਹਨਾਂ ਨੇ ਕਹਿਣਾ ਪੀ ਲਓ ਪੀ ਲਓ ਤੁਸੀਂ। ਤਾਂ ਬਾਈ ਹੁਣ ਇੱਧਰ ਪਾਕਿਸਤਾਨ 'ਚ ਪੀ ਲੈਂਦੇ ਹੁਣ? ਉਹ ਹੁਣ ਇੱਥੇ ਤਾਂ ਆਪਣੇ ਫੜਦੇ ਆ, ਪੁਲਿਸ ਵਾਲੇ ਛਾਪੇ ਲਾ ਲੈਂਦੇ ਆ, ਫੜ ਲੈਂਦੇ ਆ, ਉਹ ਅਗਲੀ ਵੀ ਲੈ ਜਾਂਦੀ ਆ ਜਿਹੜੀ ਪੀਤੀ ਹੁੰਦੀ ਆ, ਉਹ ਵੀ ਲੈ ਜਾਣੀ। ਵਧੀਆ ਵਧੀਆ। ਹਾਂ ਜੀ। ਕਬੱਡੀ ਖੇਡਦੇ ਸੀ ਤੁਸੀਂ, ਖੁਰਾਕ ਤੁਹਾਡੀ ਕੀ ਹੁੰਦੀ ਸੀ? ਖੁਰਾਕ ਜੀ ਹੁੰਦੀ ਸੀ, ਰਾਤ ਨੂੰ 1.5-2 ਸਿਰ ਦੁੱਧ ਤੱਤਾ, ਵਿੱਚ ਉਹਦੇ ਅੱਧ ਪਾ ਸਿੱਟਣਾ ਘੇ, ਗਰਮ ਕਰਕੇ ਦੁੱਧ ਘੇ ਸਿੱਟਣਾ, ਅਤੇ ਸੁਬਾਹ ਨੂੰ ਸੇਰ ਦਹੀਂ। ਹਾਂਜੀ। ਅਤੇ ਫਿਰ ਆਪਦੇ ਡੰਡ ਬੈਠਕਾਂ ਵੀ ਲਾਉਣੀਆਂ, ਉਹਨੂੰ ਹਾਜ਼ਮ ਕਰਨਾ, ਖੁਰਾਕ ਨੂੰ ਪਚਾਉਣਾ। ਅਤੇ ਅੱਲਾ ਚਾਹੇ ਆਪਾਂ ਠੀਕ ਠਾਕ ਪਲੇਟ ਸੀ ਬਿਲਕੁਲ, ਕਈ ਦਫ਼ਾ ਤਾਂ ਪਹਿਲੇ ਨੰਬਰਾਂ 'ਚ ਵੀ ਆਏ ਹਾਂ, ਉਮਰ ਥੋੜ੍ਹੀ ਸੀ ਅਤੇ ਪਹਿਲੇ ਨੰਬਰਾਂ 'ਚ ਆਈਦਾ ਸੀ, ਨਹੀਂ ਫਿਰ ਤੀਏ 'ਚੋਂ ਤਾਂ ਆਪਾਂ ਗਏ ਨਹੀਂ ਸੀ, ਤੀਏ 'ਚ ਤਾਂ ਆ ਜਾਈਦਾ ਸੀ। ਹਾਂ, ਜਿਹੜੇ ਜਵਾਕ ਨੇ ਕੁਛ ਬਣਨਾ ਹੁੰਦਾ ਉਹਦਾ ਪਤਾ ਲੱਗ ਜਾਂਦਾ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਆ। ਅਜੇ ਛੋਟੀ ਉਮਰ 'ਚ ਹੀ ਨਾਂ ਬਣਾਇਆ ਤੁਸੀਂ ਆਪਣਾ, ਤਾਂ ਬਾਈ ਹੁਣ ਤੱਕ ਕਿਵੇਂ ਖੁਰਾਕ ਖਰੂਕ? ਏਜ ਤਾਂ ਹੁਣ ਜੀ ਖੁਰਾਕ ਆਪਣੀ ਹੁਣ ਵੀ ਉਸੇ ਤਰ੍ਹਾਂ, ਸੁਬਾਹ ਨੂੰ ਸੇਰ ਦਹੀਂ ਬਿਲਕੁਲ ਪੀਣੀ ਆ, ਉੱਤੇ ਹੋਊਗੀ, ਹਾਂ ਘੱਟ ਨਹੀਂ, ਉੱਤੇ ਹੋਊ ਸੇਰ 'ਤੇ। ਅਤੇ ਸ਼ਾਮ ਨੂੰ ਜਿਹੜਾ ਦੁੱਧ ਆ ਤੱਤਾ ਕਰਕੇ, 2 ਸੇਰ ਰੱਖ ਲਾਂ, 1.5 ਸੇਰ ਰੱਖ ਲਾਂ ਇੱਥੇ ਡੇਰੇ 'ਤੇ, ਇੱਥੇ ਉਹ ਤੱਤਾ ਕਰਕੇ ਪੀਣਾ। ਸ਼ਹਿਰ ਚਲੇ ਜਾਈਏ ਘਰੇ, ਉੱਥੇ ਵੀ ਮਤਲਬ 1.5 ਸੇਰ ਬਿਲਕੁਲ ਡੇਲੀ ਦੁੱਧ ਪੀਣਾ,
अच्छा भाई जी, जब पाकिस्तान बनया हाँ जी लुधियाने इधर लाहौर वालू आए हो हाँ जी, तो थानू ला बढ़ांगे दी कोई गल्ला याद आ चेते आ? हाँ जी बड़िया याद आ। कि बहुत पहले लोग ठीक से ते बाद दे बेच फिर जद पहला जद बड़ा गाफले आया ना उदों तुरे गए उधर उधर ही जद थोड़े थोड़े रह गए फिर एक दूए दे बड़ बड़ांगे बहुत होए आ। अच्छा तो तुहानू की लगदा कि इहदे विच सरदार वीरां दा कसूर बहुत आ कि मुसलमान वीरां दा कसूर बहुत आ? दोनों धरां दा इक्को जिहा ही आ। अच्छा अच्छा हाँ जी, तुहानू इंज लगदा कि दोनों धरां दा दोनों इक्को जिहा ही आ? हाँ जी, कुछ उधर भी गलत बंदे सी कुछ हाँ गलत बंदे इधर भी है, इधर भी है। हाँ जी, और इन्हां ना सरदारां ना तो बड़ा सूत होंदा सी मुसलमानां दा बहुत ज्यादा, दातियां कईयां एक दूए नूं लैंदे देंदे हाँ हर चीज देंदे लैंदे सी। हाँ जी, लुधियाना वैसे भी प्यार दा शहर सीगा बहुत ज्यादा। हाँ जी, प्यार प्रीत दा शहर सीगा ये। तो भाई इधर आके जो मसले तुसी देखे है जिन्हां नूं खराबियां तुहानूं आईयां देखियां पईयां, फिर तां देश बहुत याद आउंदा होणा? हाँ जी, वह भुलदा ही नहीं, वह बहुत याद आउंदा भाई। हुण तक तुसी फिट बहुते लगदे हो मैनूं, की मतलब की करदे हो, कोई हाले भी कसरत कुसरत करने हो? हाँ जी, हजे भी करी दी आ। हुण मतलब 83-84 साल उम्र आ ते साइकल नहीं आपा छड्या, हाले भी चलाउने हो? हाँ जी, साइकल ते साइकल ते साइकल ते चढ़ना सारी दिहाड़ी, जिधर नूं जाना साइकल ते, मोटरसाइकल खड़े नहीं आप चढ़ते उन्हें। ये जिहड़ा वजूद है जी बर्जिश हो जाती है सारे दी साइकल ना। बिल्कुल है जी, जिहड़ा मोटरसाइकल आ इहदे ते ढिड बधूगा, पानी हिली जाऊगा, किसी गलत नाड़ दे विच पै जाऊगा, वह बंदे नूं फिर कहना इहनूं जरकान हो गया, इहनूं आ हो गया। साइकल आ मैनूं हजे ते अल्लाह दे फैल नाल कोई बीमारी नहीं, बिल्कुल टली अरगा। अच्छा भाई, हाँ जी, कभी अपने पिंडों फांबड़ा, फांबड़ा पिंड सी तुहाडा? हाँ जी, लुधियाने शहर कभी गए सो? हाँ जी, बड़ी दफा गए, बहुत दफा गए। हाँ, कोई बस्ता लैन कुछ शैवा लैन ली गए जी? ऊ चले जाईदा सी। अच्छा, शौकिया तौर ते। हाँ, तो शहर दा दसो तां थोड़ा जिहा किहो जिहा लगदा हुंदा सी लुधियाना शहर जिहड़ा सी? लुधियाना शहर जी बहुत सोहणा सी, हुण तां उहदा गए नहीं ते पता नहीं की बणिया होऊगा। उस वेले किहो जिहा सी? उदों भी ठीक सी। हाँ जी, ਬਾਣੀਆਂ ਦੀਆਂ ਦੁਕਾਨਾਂ ਹੁੰਦੀਆਂ ਸੀ? ਹਾਂ ਜੀ, ਹੋਣੀਆਂ ਸੀ। ਅੱਛਾ, ਹੋਰ ਉਹਨਾਂ ਦੀਆਂ ਦੁਕਾਨਾਂ ਜੀ? ਅਤੇ ਬਾਈ ਜੀ, ਮਠਿਆਈ ਕਿੰਨੀ ਕੁ ਖਾ ਜਾਂਦੇ ਹੁੰਦੇ ਸੋ? ਮਠਿਆਈ ਜੀ ਥੋੜ੍ਹੀ ਖਾਈਦੀ ਸੀ। ਅੱਛਾ, ਹਾਂ ਜੀ, ਮਠਿਆਈ ਨਹੀਂ ਐਡੀ ਖਾਈਦੀ ਸੀ। ਅੱਛਾ, ਆਹ ਬੋਤਲ ਪੀ ਲਈਦੀ ਸੀ, ਬੋਤਲ ਨੂੰ ਸਿਰੇ ਉਦੋਂ ਆਪਾਂ ਲਾ ਲਈਦਾ ਸੀ। ਅੱਛਾ ਅੱਛਾ, ਹਾਂ, ਮਠਿਆਈ ਘੱਟ ਖਾਈਦੀ ਸੀ। ਠੀਕ ਹੈ ਠੀਕ ਹੈ। ਹਾਂ ਜੀ, ਤਾਂ ਤੁਹਾਡੇ ਨੇੜੇ ਕੋਈ ਦਰਗਾਹ ਕੋਈ ਯਾਦ ਹੋਵੇ, ਕੋਈ ਮੇਲਾ ਲੱਗਦਾ ਹੁੰਦਾ ਸੀ ਕੋਈ ਵੱਡਾ? ਮੇਲਾ ਜੀ ਇਹ ਲੱਗਦਾ ਹੁੰਦਾ ਸੀ ਆਪਣੇ ਇੱਥੇ ਉਰੇ, ਔਰ ਹੁਣ ਮੇਰੇ ਮੂੰਹ 'ਚ ਫਿਰਦਾ, ਬੇਗੋਵਾਲ, ਬਹੁਤ ਵੱਡਾ ਮੇਲਾ ਸੀ। ਅੱਛਾ ਜੀ, ਹਾਂ ਜੀ, ਉੱਥੇ ਜਿੰਨ ਵੀ ਆਉਂਦੇ ਹੁੰਦੇ ਸੀ, ਜਿੰਨ ਆਉਂਦੇ? ਹਾਂ ਜੀ, ਜਦ ਉਹਨਾਂ ਨੇ ਆਉਣਾ ਅਤੇ ਕਾਲੀ ਹਨੇਰੀ ਬਣ ਕੇ ਆਉਣਾ, ਜਾਂ ਉਹ ਉਹਨਾਂ ਦੇ ਮਰੀਜ਼ ਸੀ ਬਾਬਿਆਂ ਦੇ, ਜਦ ਉਹਨਾਂ ਨੇ ਜਾਣਾ ਅਤੇ ਫਿਰ ਉਹਨਾਂ ਨੇ ਕਿਹਾ ਸੀ ਬਾਬੇ ਨੇ ਵੀ ਮੈਨੂੰ ਨਿਸ਼ਾਨੀ ਦੇ ਕੇ ਜਾਣਾ। ਅੱਛਾ, ਫਿਰ ਉੱਥੋਂ ਦਰਖਤ ਦਾ ਡਾਹਣਾ ਭੰਨ ਕੇ ਜਾਂਦੇ ਸੀ। ਹਾਂ ਜੀ, ਅਤੇ ਬਾਈ ਜੀ, ਜਦ ਪਾਰਟੀਸ਼ਨ ਹੋਈ ਹੈ, ਹਾਂ ਜੀ, ਲਾਹੌਰ ਤੱਕ ਆਉਂਦੇ ਹਾਂ, ਹਾਂ ਜੀ, ਕਿੰਨੀਆਂ ਤੁਸੀਂ ਲਾਸ਼ਾਂ ਦੇਖੀਆਂ, ਕਿੰਨੇ ਵਡਾਂਗਾ ਦੇਖਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਤੁਹਾਨੂੰ ਕਿੰਨਾ ਕੁ, ਇਹ ਅੱਜ ਵੀ ਯਾਦ ਆਉਂਦਾ ਤਾਂ ਕਿੰਨਾ ਕੁ ਦਿਲ ਰੋਂਦਾ ਜਾਂ ਕੀ ਮਹਿਸੂਸ ਹੁੰਦਾ ਤੁਹਾਨੂੰ? ਉਹ ਜੀ, ਮੌਕਾ ਦੇਖ ਕੇ ਤਾਂ ਬੰਦਾ ਰੋਣ ਲੱਗ ਪੈਂਦਾ, ਜਿਹੜਾ ਉਹ ਮੌਕਾ ਸੀ। ਹਾਂ ਜੀ, ਬਹੁਤ ਲਾਸ਼ਾਂ ਐਂ ਪਈਆਂ ਸੀ, ਬਸ ਵਿਛੀਆਂ ਪਈਆਂ ਸੀ, ਕੋਈ ਪੁੱਛ ਦੱਸ ਨਹੀਂ ਸੀ। ਹਾਂ ਜੀ, ਇੱਧਰ ਆਏ ਤੁਸੀਂ, ਸਰਦਾਰਾਂ ਦੀਆਂ ਵੀ ਇੰਝ ਹੀ ਲਾਸ਼ਾਂ ਦੇਖੀਆਂ ਪਈਆਂ? ਹਾਂ ਜੀ, ਇਹਨਾਂ ਦੀਆਂ ਵੀ ਸੀਗੀਆਂ, ਇਹਨਾਂ ਦੀਆਂ ਘੱਟ ਸੀ। ਹਾਂ, ਇਹ ਬਹੁਤ ਬਾਈ ਜੀ ਹੁਣੀ ਗੱਲ ਕਰ ਰਹੇ, ਜਦ ਇੱਧਰ ਆਏ ਆ ਸਰਦਾਰ ਵੀਰੇ ਵੀ ਸਾਡੇ ਕਤਲ ਹੋਏ, ਪਰ ਘੱਟ, ਉਹੀ ਘੱਟ ਤਾਦਾਦ ਦਾ ਫਰਕ ਹੈਗਾ ਸੀ ਕਿ ਉਹ ਜ਼ਿਆਦਾ ਸੀ, ਪਾਵਰ ਵਿੱਚ ਵੀ ਸੀ। ਠੀਕ ਹੈ, ਤਾਂ ਬਾਈ ਜੀ, ਇਹ ਜਿਹੜੀ ਤਬਦੀਲੀ ਤੁਸੀਂ ਦੇਖਦੇ ਹੋ, ਹਾਂ ਜੀ, ਉਹ ਦੇਸ਼ ਦੀਆਂ ਬੁੜੇ ਕਹਿੰਦੇ ਉਹ ਚੀਜ਼ਾਂ ਹੀ ਵਧੀਆ ਸੀ, ਉਹਨਾਂ ਦਾ ਸਵਾਦ ਹੀ ਕੋਈ ਵੱਖਰਾ ਸੀਗਾ, ਹੁਣ ਉਹ ਚੀਜ਼ ਤੁਹਾਨੂੰ ਕੀ ਮਹਿਸੂਸ ਹੁੰਦਾ? ਉਹ ਚੀਜ਼ ਨਾ ਲੱਜਦੀ ਆ ਅਤੇ ਨਾ ਲੱਜਣੀ ਆ ਮੁੜ ਕੇ। ਹਾਏ ਹਾਏ ਹਾਏ, ਜਿਹੜੀ ਚੀਜ਼ ਅੱਗੇ ਸੀ ਨਾ, ਉਹ ਚੀਜ਼ ਜੀ ਗਾਂਹ ਵੀ ਨਹੀਂ ਮਿਲੂ, ਹੁਣ ਵੀ ਨਹੀਂ ਮਿਲੂ। ਹਰ ਚੀਜ਼ ਚੰਗੀ ਸੀ, ਭੈਣਾਂ ਭਾਈਆਂ ਦਾ ਤੇਜ਼ ਸੀ, ਮਾਲ ਪਸ਼ੂ ਸੁਥਰਾ ਹੋਣਾ, ਇੱਕ ਦੂਏ ਕੋਲ ਜੇ ਸਵੇਰ ਨੂੰ ਚਲਾ ਗਿਆ ਤਾਂ ਸਵੇਰ ਨੂੰ ਉਹ ਮੁੜ ਕੇ ਆਉਣਾ, ਇੰਨਾ ਤੇਜ਼ ਸੀ, ਖਾਈ ਪੀ ਉੱਠ ਹੀ ਜਾਣਾ ਅਗਲੇ ਦੇ।
ते ओ जमाना नहीं आना हुण, ए नहीं भी इत्थे कल्ले पाकिस्तान, हर मुल्क च ओ जमाने चले गए, हुण तां नवे आए आ। हां जी, अच्छा भाई, ओ कहिंदे हुंदे दो शौक मित्रां दे पौणा भंगड़ा तां खेडणी कबड्डी, कबड्डी भी खेडदे सी वी आ। इन्ने मुंडे खड़े आ, अपनी कोई तक नहीं पैंदी किसी ते, ते जे मैं दा मैनूं फड़ ला ना ते गिठ जमीन दे विच कुछ हो के पिछे हटूंगा, जिहदा दिल करे मेरी बांह फड़ लवे, माल तो चंगी मझ खोल लवे जे मेरी गोडी लवा जावे। वाह वाह वाह, ए भाई जी हुण वी हां इहो खुराकां ही, खुराक हुण वी खाई दी आ, गड के बहुत खुराक खाई दी आ। हां जी, ते भाई जी जांदे जांदे सानूं दसो के लुधियाने दे जिहड़े उत्थे वसदे आ फांबड़े दा, असीं फांबड़े हुण साढ़े कुछ वीरे वसदे होणे आ, जी राबता करियो जी, फांबड़े दा पहलवान आ इह कबड्डी दा, मैं कबड्डी कमेंटेटर हाँ, सो इस तलक ना इस वास्ते नाल मैनू बई हुणा नाल बहुता प्यार आ, उंज तां सारे अपनी पिछली पीढ़ी नाल ढेर सारा प्यार आ, जिन्हां तों असीं सिख्या लैण डए आ, पंड वेले दीआं गल्लां।